मुसलमान मदीना से 4 किलोमीटर दूर एक बॉर्डर के बाहर खड़े हैं और मदीना जा नहीं सकते, और उनको अगर मदीना जाने का मौका मिल जाए तो वो जो उनको खुशी मिलेगी वो आज मैं आपकी शक्लों पे खुशी देख रहा हूँ। ਵਸਦਾ ਪਵਿੱਤਰ ਨਗਰੀ ਨਾਨਕ ਦੀ ਇਹ ਧਰਤੀ ਸੋਹਣੀ ਮਾਂ ਵਰਗੀ ਪਵਿੱਤਰ ਨਗਰੀ ਨਾਨਕ ਦੀ ਇਹ ਧਰਤੀ ਸੋਹਣੀ ਮਾਂ ਵਰਗੀ ਲੋਟ ਆਫ ਪੀਪਲ ਹੂ ਵਾਂਟ ਟੂ ਕਮ ਹੇਅਰ ਐਂਡ ਐਟ ਲੀਸਟ ਦੈਟ ਵੇ ਦੇਰ ਇਜ਼ ਅ ਲੋਟ ਆਫ ਲਵ ਵਿਚ ਵਿਲ ਬੀ ਐਕਸਚੇਂਜਡ ਸੋ ਥੈਂਕ ਯੂ ਫਾਰ ਟੇਕਿੰਗ ਦੈਟ ਡਿਸੀਜਨ ਪਲੀਜ਼ ਕੰਟੀਨਿਊ ਵਿਦ ਇਟ ਹਮੇ ਯਹਾਂ ਆਕਰ ਬਹੁਤ ਬਹੁਤ ਅੱਛਾ ਲਗਾ ਔਰ ਯਹਾਂ ਕੀ ਜੋ ਇੰਤਜ਼ਾਮਾਤ ਹੈ ਬਹੁਤ ਬਹੁਤ ਅੱਛੇ ਹੈ ਕਿਸੇ ਚੀਜ਼ ਕੀ ਕੋਈ ਹਮੇ ਦਿੱਕਤ ਨਹੀਂ ਆਈ ਬੜੀ ਚੜ੍ਹਦੀ ਕਲਾ ਥੇ ਮਹਾਰਾਜ ਦੀ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਚੜ੍ਹਦੀ ਕਲਾ ਵਾ ਜਿਸ ਧਰਤੀ ਵਿੱਚ ਚਿਸ਼ਤੀ ਨੇ ਫੈਲਾਇਆ ਹੱਕ ਦਾ ਕਲਾਮ ਨਾਨਕ ਉਸੇ ਨਗਰੀ ਨੂੰ ਦਿੱਤਾ ਵਹਿਦਤ ਦਾ ਪੈਗਾਮ Guru Nanak ji always was a humanitarian, spoke about humanity, was thinking of well-being of each and every person he came across. The welcome of the Pakistani community is so warming. I feel like coming back to Pakistan again as soon as possible. ਖੁਸ਼ਬੂ ਫੈਲਾਂਦੇ ਦੂਰੀਆਂ ਮੁੱਕੀਆਂ ਹੁਣ ਚਾਹਤ ਦੀ ਰੀਤ ਚੱਲੀ ਪਵਿੱਤਰ ਨਗਰੀ ਨਾਨਕ ਦੀ ਇਹ ਧਰਤੀ ਸੋਹਣੀ ਮਾਂ ਵਰਗੀ ਪਵਿੱਤਰ ਨਗਰੀ ਨਾਨਕ ਦੀ ਇਹ ਧਰਤੀ ਸੋਹਣੀ ਮਾਂ ਵਰਗੀ ਬਹੁਤ ਪਿਆਰ ਮਿਲਾ ਹੈ ਔਰ ਬਹੁਤ ਖੁਸ਼ ਹੋਏ ਹੈ ਹਮ ਔਰ ਬਹੁਤ ਇੱਜ਼ਤ ਹੋਈ ਹੈ ਹਮਾਰੀ बस इतना बोल पाएंगे कि हम सब है भाई भाई प्यार आवाम शांति चैन पीस ह्यूमैनिटी इन सब के बारे में सोचें फ्यूचर के बारे में सोचें ग्रोथ के बारे में सोचें रब सारी मखलूक दा रखदा इको जया ख्याल कहंदे ससरी अकाल या पढ़दे कलमा सारे ਪਵਿੱਤਰ ਨਗਰੀ ਨਾਨਕ ਦੀ ਧਰਤੀ ਸੋਹਣੀ ਮਾਂ ਵਰਗੀ ਪਵਿੱਤਰ ਨਗਰੀ ਨਾਨਕ